ਤਸਵੀਰਾਂ ਬੜੀਆਂ ਮੰਦਭਾਗੀ ਸੰਗਰੂਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ 30 ਸਾਲਾ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇੱਕ 30 ਸਾਲਾ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਜਾਣਕਾਰੀ ਦਿੱਤੀ ਗਈ ਹੈ ਪਰਿਵਾਰ ਦੇ ਵੱਲੋਂ ਕਿ ਨੌਜਵਾਨ ਦਾ ਹਾਲੇ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤਾਂ ਨੌਜਵਾਨ ਪੱਥਰੀ ਦਾ ਇਲਾਜ ਕਰਵਾਉਣ ਦੇ ਲਈ ਨਿੱਜੀ ਹਸਪਤਾਲ ਦੇ ਵਿੱਚ ਗਿਆ ਸੀ ਤਾਂ ਜਿੱਥੇ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਇਸਦਾ ਓਪਰੇਸ਼ਨ ਹੋਵੇਗਾ ਤਾਂ ਜਦੋਂ ਨੌਜਵਾਨ ਵੱਲੋਂ ਓਪਰੇਸ਼ਨ ਕਰਵਾਇਆ ਗਿਆ ਤਾਂ ਜਦੋਂ ਓਪਰੇਸ਼ਨ ਥੀਏਟਰ ਦੇ ਵਿੱਚ ਨੌਜਵਾਨ ਨੂੰ ਲੈ ਕੇ ਗਏ ਤਾਂ ਕੁਛ ਕੁ ਮਿੰਟਾਂ ਬਾਅਦ ਡਾਕਟਰ ਬਾਹਰ ਆ ਕੇ ਕਹਿੰਦੇ ਨੇ ਕਿ ਹਾਲਾਤ ਸੀਰੀਅਸ ਹਨ ਤੇ ਇਸ ਨੂੰ ਪਟਿਆਲਾ ਅਮਰ ਦੇ ਵਿੱਚ ਲੈ ਜਾਓ ਤਾਂ ਜਦੋਂ ਪਟਿਆਲੇ ਲੈ ਕੇ ਗਏ ਤਾਂ ਉੱਥੋਂ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਤਾਂ ਕਿਹਾ ਜਾਂਦਾ ਕਿ 2 ਘੰਟੇ ਪਹਿਲਾਂ ਨੀਲਾ ਪੈ ਜਾਂਦਾ ਨੌਜਵਾਨ ਤਾਂ ਉਸਦੀ ਮੌਤ ਹੋ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਥਾਣੇ ਦੇ ਵਿੱਚ ਆ ਕੇ ਹੰਗਾਮਾ ਕੀਤਾ ਜਾਂਦਾ ਤੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ। ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਤਸਵੀਰਾਂ ਦੇ ਵਿੱਚ ਤਾਂ ਪਰਿਵਾਰਕ ਮੈਂਬਰ ਮੌਜੂਦ ਨੇ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਪਰਿਵਾਰਕ ਮੈਂਬਰ ਨੇ ਜਿਹੜੇ ਤਾਂ ਗੱਲਬਾਤ ਕਰ ਰਹੇ ਨੇ ਤਾਂ ਇੱਕ 30 ਸਾਲਾ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ 10 ਦਿਨ ਪਹਿਲਾਂ ਹੀ ਹਾਲੇ ਨੌਜਵਾਨ ਦਾ ਵਿਆਹ ਹੋਇਆ ਹੁੰਦਾ ਤਾਂ ਜਿਹੜਾ ਮੰਦਭਾਗੀ ਭਾਣਾ ਵਾਪਰ ਜਾਂਦਾ ਹੈ ਤਾਂ ਬੜੀਆਂ ਮੰਦਭਾਗੀ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ। ਕੀ ਹੈ ਪੂਰਾ ਮਾਮਲਾ ਤੁਸੀਂ ਵੀ ਸੁਣੋ। ਤਾਂ ਇਹ ਜੀ ਤੇਜਿੰਦਰ ਬੰਸਲ ਨੂੰ ਇਹਨਾਂ ਨੇ, ਮੇਰਾ ਫਰੈਂਡ ਹੈ ਜੀ, ਉਹ ਐਡਮਿਟ ਹੋਇਆ ਜੀ 30 ਤਰੀਕ ਨੂੰ ਜੀ ਇਹ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਦੇ ਵਿੱਚ ਅਤੇ ਡਾਕਟਰ ਨੇ ਕਿਹਾ ਜੀ ਰਾਤ ਦੇ 8 ਵਜੇ ਇਹਨਾਂ ਦਾ ਆਪਰੇਸ਼ਨ ਹੋਊਗਾ। ਉਹਨਾਂ ਦਾ ਬੀਪੀ ਦੇਖਿਆ ਗਿਆ ਜਿਹੜਾ ਕਿ ਨੋਰਮਲ ਸੀ, ਸਾਰੇ ਵਾਈਟਲ ਸਾਈਨ ਨੋਰਮਲ ਸੀਗੇ। ਪੇਸ਼ੈਂਟ ਅੰਦਰ ਗਿਆ ਜੀ, ਉਹਨਾਂ ਦਾ ਕਜ਼ਨ ਬ੍ਰਦਰ ਉਹਨਾਂ ਨੂੰ ਅੰਦਰ ਆਪਰੇਸ਼ਨ ਤੱਕ ਛੱਡ ਕੇ ਵੀ ਆਇਆ ਜੀ, ਚੱਲਦਾ ਫਿਰਦਾ ਗੱਲ ਕਰਦਾ ਗਿਆ ਅੱਛੇ ਤਰੀਕੇ ਨਾਲ ਸਾਰਿਆਂ ਨੂੰ। ਅਤੇ ਅੰਦਰ ਗਿਆ, ਅੰਦਰ ਜਾਣ ਤੋਂ ਬਾਅਦ ਇਹਨਾਂ ਨੇ ਐਨਸਥੈਸੀਆ ਸੀਗਾ ਨਹੀਂ ਸੀਗਾ ਸਾਨੂੰ ਨਹੀਂ ਪਤਾ, ਇਹਨਾਂ ਨੇ ਐਨਸਥੈਸੀਆ ਦਿੱਤਾ ਪੇਸ਼ੈਂਟ ਨੂੰ ਜੀ, ਜਰਨਲ ਐਨਸਥੈਸੀਆ ਕਹਿੰਦੇ ਆ ਜੀ ਇਹ ਦਿੱਤਾ। ਉਹਦੇ ਵਿੱਚ ਦੇਣ ਤੋਂ ਬਾਅਦ ਐਗਜੈਕਟਲੀ 5 ਜਾਂ 7 ਮਿੰਟ ਤੋਂ ਬਾਅਦ ਸਾਡਾ ਪੇਸ਼ੈਂਟ ਐਕਸਪਾਇਰ ਹੋ ਗਿਆ ਜੀ। ਉਸ ਤੋਂ ਬਾਅਦ ਜਿਹੜਾ ਵੀ ਹੋਇਆ ਸੀਗੇ ਉੱਥੇ, ਤੁਸੀਂ ਇਹਨਾਂ ਨੂੰ ਪੁੱਛ ਲਓ ਜੀ, ਉਹਨਾਂ ਨੇ ਬਿਲਕੁਲ ਨਹੀਂ ਦੱਸਿਆ ਸਾਨੂੰ ਕੀ ਹੋਇਆ ਕੀ ਨਹੀਂ। ਕਹਿੰਦੇ ਜੀ ਸਾਡੇ ਵੱਲੋਂ ਜੀ ਬਹੁਤ ਸੀਰੀਅਸ ਪੇਸ਼ੈਂਟ ਹੈ ਜੀ, ਤੁਸੀਂ ਇਹਨੂੰ ਫਟਾਫਟ ਅਮਰ ਲੈ ਜਾਓ, ਅਮਰ ਲੈ ਜਾਓ ਜੀ। ਅਸੀਂ ਅਮਰ ਲੈ ਕੇ ਗਏ ਜੀ, ਅਮਰ ਵਾਲੇ ਕਹਿੰਦੇ ਜੀ ਇਹ ਤਾਂ 2 ਘੰਟੇ ਪਹਿਲਾਂ ਹੀ ਐਕਸਪਾਇਰ ਹੋ ਗਿਆ। ਅਸੀਂ ਹੁਣ ਇਹਨਾਂ ਨੂੰ ਇੱਥੇ ਬੁਲਾਇਆ, ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਕਿਹੜਾ ਉਹ ਡਾਕਟਰ ਸੀਗਾ ਔਰ ਉਹਨੇ ਕਿਸ ਬੇਸਿਸ 'ਤੇ ਇੰਨੀ ਹਾਈ ਡੋਜਿਸ ਦਿੱਤੀ ਕਿ ਉਹਨੂੰ ਓਵਰਡੋਜ਼ ਹੋ ਗਿਆ ਜੀ। ਉਹ ਆਪਣੀ ਗਲਤੀ ਮੰਨੇ, ਅਸੀਂ ਦੇਖਣਾ ਚਾਹੁੰਦੇ ਹਾਂ। ਅਸੀਂ ਉਹਨੂੰ ਕਾਫੀ ਦੇਰ ਹੋ ਗਈ ਹੈ ਜੀ, ਅਸੀਂ ਉਹਨੂੰ ਬੁਲਾ ਰਹੇ ਹਾਂ ਪਰ ਉਹ ਆ ਨਹੀਂ ਰਿਹਾ, ਉਹਦਾ ਆਫ ਹੈ ਫੋਨ। ਕਈ ਇਲੀਗਲ ਤਰੀਕੇ ਨਾਲ, ਸਭ ਤੋਂ ਵੱਡੀ ਗਲਤੀ ਇਸ ਹਸਪੀਟਲ ਦੀ, ਮੈਂ ਔਨ ਰਿਕਾਰਡ ਦੱਸ ਰਿਹਾ, ਅਸੀਂ ਸਾਰਿਆਂ ਨੇ ਉਹਨਾਂ ਦੇ ਰਿਕਾਰਡ ਦੇਖੇ ਹਾਂ ਜੀ, ਨਾ ਡੇਟ, ਨਾ ਟਾਈਮ, ਨਾ ਡਾਕਟਰ ਦੇ ਸਿਗਨੇਚਰ, ਨਾ ਕੁਛ। ਮਤਲਬ ਇੱਦਾਂ ਹਸਪੀਟਲ ਚੱਲਦੇ ਆ ਜੀ, ਆਹ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ। ਮਤਲਬ ਤੁਸੀਂ ਇੱਕ ਵੀ ਕਾਗਜ਼ ਦੇਖ ਲਓ, ਕਿਸੇ ਫਾਈਲ 'ਤੇ ਕੋਈ ਸਟੈਂਪ ਨਹੀਂ ਹੈ ਜੀ। ਡਾਕਟਰ ਦੇ ਸਾਈਨ ਇੱਦਾਂ ਕਿ ਤੁਸੀਂ ਨਾਂ ਨਹੀਂ ਪਛਾਣ ਸਕਦੇ ਕਿ ਰੁਪਿੰਦਰ ਗਰਗ ਹੈ, ਰਮਨ ਗਰਗ ਹੈ, ਰੁਪਾਲੀ ਗਰਗ ਹੈ, ਰਜਿੰਦਰ ਗਰਗ ਹੈ, ਤੁਸੀਂ ਪਛਾਣ ਨਹੀਂ ਸਕਦੇ ਕੋਈ ਡੇਟ ਟਾਈਮ ਕਿੱਦਾਂ ਕਿਸੇ ਨਹੀਂ ਕੁਛ ਨਹੀਂ। ਪੇਸ਼ੈਂਟ ਕਹਿੰਦੇ ਜੀ ਕੰਪਲੀਕੇਸ਼ਨਸ ਹੋ ਗਈ, ਅਸੀਂ ਇੰਜੈਕਸ਼ਨਸ ਲਾਏ ਜੀ ਐਨਸਥੀਜ਼ੀਆ ਦੇ, ਕੰਪਲੀਕੇਸ਼ਨ ਹੋ ਗਈ, ਕਾਰਡੀਕ ਅਰੈਸਟ ਹੋ ਗਿਆ ਜੀ। ਉਹਨਾਂ ਨੇ ਕਿਹਾ ਪੇਸ਼ੈਂਟ ਨੂੰ ਦੱਸਿਆ ਸੀਗਾ ਕਿ ਐਨਸਥੀਜ਼ੀਆ ਦੇਣ ਤੋਂ ਬਾਅਦ ਇਹ ਹੋ ਸਕਦਾ, ਕੀ ਪਤਾ ਪੇਸ਼ੈਂਟ ਨਾ ਕਰਾਉਂਦਾ, ਕੀ ਪਤਾ ਉਹ ਕਹਿ ਦਿੰਦਾ ਜੀ ਇੰਨੀ ਕੰਪਲੀਕੇਸ਼ਨਸ ਹੈ, ਮੈਂ ਨਹੀਂ, ਮੈਂ ਗੋਲੀਆਂ ਲਾ ਕੇ ਮੈਨੂੰ ਇੰਜੈਕਸ਼ਨ ਲਾ ਦਿਓ, ਮੈਂ ਨਹੀਂ ਕਰਾਉਣਾ। ਕੀ ਇਹਨਾਂ ਨੇ ਕੰਪਲੀਕੇਸ਼ਨ ਦੱਸੀਆਂ? ਇਹਨਾਂ ਨੇ ਨਹੀਂ ਦੱਸੀਆਂ ਜੀ। ਅਤੇ ਸਾਡਾ ਇਹ ਮੰਨਣਾ ਹੈ ਕਿ ਸਾਡੇ ਨਾਲ ਜੋ ਹੋਇਆ ਸੋ ਹੋਇਆ, ਕਿਸੇ ਹੋਰ ਦੇ ਨਾਲ ਨਾ ਇਹ ਹੋਏ ਜੀ। ਅਸੀਂ ਸਾਰੇ ਜਣੇ ਇਸ ਕਰਕੇ ਖੜ੍ਹੇ ਹਾਂ। ਮੇਰਾ ਨਾਮ ਵਿਨੋਦ ਕੁਮਾਰ ਹੈ ਜੀ। ਵਿਨੋਦ ਜੀ, ਕਿਹੜੇ ਹਸਪੀਟਲ ਦੀ ਗੱਲ ਆ ਤੇ? ਦਿੱਲੀ ਹਸਪੀਟਲ। ਕਿੰਨੇ ਸਾਲ ਦਾ ਸੀ? ਕੀ ਗੱਲ? 32 ਸਾਲ ਦਾ ਸੀਗਾ ਜੀ ਸਾਡਾ ਬੇਟਾ, ਤੇ ਉਸ ਤੋਂ ਮੈਂ ਦੁਕਾਨ ਤੇ ਬੈਠਾ ਸੀ, ਮੈਨੂੰ ਫੋਨ ਆਇਆ ਤੇ ਮੇਰੇ ਨੂੰਹ ਦਾ, ਕਹਿੰਦੇ ਪਾਪਾ ਤੁਸੀਂ ਕਿੱਥੇ? ਮੈਂ ਦੁਕਾਨ ਤੇ। ਕਹਿੰਦੇ ਮੰਨੂ ਨੂੰ ਹਸਪੀਟਲ ਜਾਓ, ਪਤਾ ਨਹੀਂ ਕੀ ਹੋ ਗਿਆ। ਮੈਂ ਜਦੋਂ ਗਿਆ, ਮੈਂ ਸਿੱਧਾ ਰੂਮ ਦੇ ਅੰਦਰ ਵੜ ਗਿਆ ਜਿੱਥੇ ਪੇਸ਼ੈਂਟ ਥੀਏਟਰ ਦੇ ਅੰਦਰ ਗਿਆ ਤੇ ਉਹ ਪਿਆ ਸੀਗਾ ਵੈਂਟੀਲੇਟਰ ਤੇ,
ਅਤੇ ਮੈਨੇ ਕਿਹਾ ਡਾਕਟਰ ਸਾਹਿਬ ਕੀ ਹੋ ਗਿਆ, ਕਹਿੰਦੇ ਅੰਕਲ ਜੀ ਕੁਛ ਨਹੀਂ ਵੀ ਥੋੜ੍ਹੇ ਸੀਰੀਅਸ ਹੋ ਗਏ ਵੀ ਇਹਨਾਂ ਨੂੰ ਅੰਮ੍ਰਿਤ ਚਲੇ ਜਾਣਾ ਪਏਗਾ। ਚਲੋ ਮੈਂ ਹਾਂ ਆਪਾਂ ਤੁਸੀਂ ਐਂਬੂਲੈਂਸ ਬੁਲਾਓ ਅਤੇ ਆਪਾਂ ਫਿਰ ਆਪਣਾ ਅੰਮ੍ਰਿਤ ਲੈ ਕੇ ਚੱਲੀਏ। ਚਲੋ ਅਸੀਂ ਇਹਨਾਂ ਨੇ ਉਹਦੇ ਅੱਧ ਪੌਣਾ ਘੰਟਾ ਲਾਤਾ ਜੀ, ਗੱਡੀ ਗੁੱਡੀ ਮੰਗਾ ਕੇ ਅਸੀਂ ਅੰਮ੍ਰਿਤ ਲੈ ਗਏ ਜੀ। ਅਮਰ ਵਾਲੇ ਜਦੋਂ ਅਸੀਂ ਪਹੁੰਚੇ ਉਹ ਡਾਕਟਰ ਸਾਹਿਬ ਸਾਡੇ ਗੱਲ ਪੈ ਗਏ, ਕਹਿੰਦੇ ਇਹ ਤਾਂ ਡੈੱਡ ਹੋਏ ਨੂੰ ਡੇਢ ਦੋ ਘੰਟੇ ਤੋਂ ਉੱਪਰ ਹੋ ਗਏ ਵੀ ਤੁਸੀਂ ਉਹਨੇ ਡੈੱਡ ਬੋਡੀ ਚੱਕੀ, ਪਤਾ ਲੀਲਾ ਹੋਇਆ ਪਿਆ ਤਾਂ ਲੁਕੋ, ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਜੀ। ਅਦਰਵਾਈਜ਼ ਮੌਤ ਤਾਂ ਇਹਦੀ ਮੇਰੇ ਖਿਆਲ ਵੀ ਦੋ ਤਿੰਨ ਔਰ ਦੋ ਮਿੰਟਾਂ ਦੇ ਵਿੱਚ ਹੋ ਚੁੱਕੀ ਸੀਗੀ, ਦੋ ਤਿੰਨ ਮਿੰਟ ਦੇ ਵਿੱਚ ਅੰਦਰ ਜਾਣ ਦੇ। ਬੇਟਾ ਮੇਰਾ ਨਾਲ ਸੀਗਾ ਵੱਡਾ, ਜਦੋਂ ਉਹਨੂੰ ਅੰਦਰ ਛੱਡ ਕੇ ਆਇਆ ਇੱਕ ਮਿੰਟ ਦੇ ਵਿੱਚ ਤਾਂ ਬੈਕ ਕਾਲ ਆ ਗਈ ਜੀ ਡਾਕਟਰ ਸਾਹਿਬ ਦੀ ਵੀ ਅੰਦਰ ਆ ਜਾਓ, ਇਹਨੂੰ ਪਤਾ ਨਹੀਂ ਕੀ ਹੋ ਗਿਆ। ਮੇਰਾ ਬੇਟੇ ਨੇ ਦੇਖਿਆ ਵੀ ਉਹਦੇ ਕਿਸ ਤਰ੍ਹਾਂ ਦੀ ਕਾਰਵਾਈ ਤਾਂ ਇਹ ਵੀ ਸਾਨੂੰ ਤਾਂ ਸੱਚਾਈ ਦੱਸਦੇ ਵੀ ਆਹ ਕੁਛ ਹੋ ਗਿਆ, ਅਸੀਂ ਕਿਉਂ ਅੰਮ੍ਰਿਤ ਧੱਕੇ ਖਾਂਦੇ, ਸਾਨੂੰ ਭਕਾਈ ਕਰਾਈ ਇਹਨਾਂ ਨੇ ਵੀ ਆਪਣੇ ਹੋਸਪਿਟਲ ਨੂੰ ਬਚਾਉਣ ਵਾਸਤੇ ਸਾਨੂੰ ਅੰਮ੍ਰਿਤ ਸ਼ਿਫਟ ਭੇਜਿਆ ਗਿਆ, ਕਿਉਂ ਭੇਜਿਆ ਗਿਆ? ਸਾਡਾ ਇਕੱਲਾ ਬੇਟਾ ਸੀਗਾ ਜੀ, 10 ਦਿਨ ਉਹਦੇ ਮੈਰਿਜ ਨੂੰ ਹੋਏ ਸੀਗੇ, ਸਾਰਾ ਘਰ ਉੱਜੜ ਗਿਆ ਸਾਰਾ। ਦੱਸੋ ਇਹਨਾਂ ਦਾ ਕੀ ਗਿਆ ਜੀ? ਸਿੱਧੂ ਸਾਹਿਬ ਗੱਲ ਇਹ ਹੈ ਵੀ ਜੋ ਮਤਲਬ ਕਿ ਇਹਨਾਂ ਪਰਿਵਾਰ ਨਾਲ ਹੋਇਆ ਜੀ, ਇਹਨਾਂ ਦਾ ਨੌਜਵਾਨ ਮੁੰਡਾ ਵਿਚਾਰਿਆਂ ਦਾ ਮਰਿਆ ਗਾ, ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ। ਜਦੋਂ ਅਮਰ ਹੋਸਪਿਟਲ 'ਚ ਗਏ ਨੇ ਤਾਂ ਜਦੋਂ ਉਹਨਾਂ ਉੱਥੇ ਜਾ ਕੇ ਡਾਕਟਰ ਨੇ ਦੱਸਿਆ, ਕਿਉਂਕਿ ਉਹ ਵੀ ਡਾਕਟਰ ਹੈ, ਇਹ ਵੀ ਡਾਕਟਰ ਨੇ, ਉਹ ਗਲਤ ਤਾਂ ਕੋਈ ਗੱਲ ਕਹਿਣਗੇ ਨਹੀਂ। ਜਦੋਂ ਉਹਨਾਂ ਡਾਕਟਰ ਨੇ ਕਹਿਤਾ ਵੀ ਦੋ ਘੰਟੇ ਪਹਿਲਾਂ ਡੈਥ ਹੋ ਚੁੱਕੀ ਹੈ, ਇਹਦਾ ਮਤਲਬ ਸਪਸ਼ਟ ਹੈ ਵੀ ਜਦੋਂ ਐਨਥੀਸੀਆ ਜਿਹੜਾ ਡਾਕਟਰ ਹੈ ਉਹਨੇ ਜੋ ਇੰਜੈਕਸ਼ਨ ਲਾਇਆ ਉਹਦੇ ਕਾਰਨ ਮੌਤ ਹੋਈ ਹੈ। ਇਹ ਸਾਰਾ ਇੱਕ ਜਾਂਚ ਦਾ ਵਿਸ਼ਾ ਹੈ, ਵੱਡੇ ਲੈਵਲ 'ਤੇ ਜਾਂਚ ਹੋਣੀ ਚਾਹੀਦੀ ਹੈ। ਦੂਜੀ ਗੱਲ ਇਹ ਵੀ ਇਹਨਾਂ ਦੇ ਸਟੇਟਮੈਂਟ 'ਤੇ ਇਮੀਡੀਏਟ ਡਾਕਟਰ ਦੇ ਖਿਲਾਫ ਜਿਹਦੇ ਕਾਰਨ ਮਤਲਬ ਕਿ ਮੌਤ ਹੋਈ ਹੈ, ਉਹਨਾਂ ਦੇ FIR ਦਰਜ ਹੋਣੀ ਚਾਹੀਦੀ ਹੈ। ਜਦੋਂ ਇਹ ਬਿਆਨ ਦੇ ਰਹੇ ਨੇ ਉਹਨਾਂ ਦੇ ਫਾਦਰ ਦੇ ਬਿਆਨ ਲੈ ਕੇ ਨਾਲ ਦੀ ਨਾਲ ਉਹਨਾਂ ਦੇ ਅਗੇਂਸਟ ਹੋਵੇ, ਉਦੋਂ ਬਾਅਦ ਜਾਂਚ ਹੋਵੇ। ਇਹ ਸਾਰੇ ਡਾਕਟਰਾਂ ਦਾ ਤੁਸੀਂ ਹਾਲਾਤ ਦੇਖ ਰਹੇ ਹੋ, ਅੱਜ ਪ੍ਰਾਈਵੇਟ ਡਾਕਟਰ ਹੋਣ ਚਾਹੇ ਸਰਕਾਰੀ ਹੋਣ, ਇਹਨਾਂ 'ਤੇ ਕੋਈ ਚੈੱਕ ਨਹੀਂ ਹੈ, ਕੋਈ ਇਹਨਾਂ ਦੇ ਫੀਸਾਂ 'ਤੇ ਚੈੱਕ ਨਹੀਂ ਹੈ। ਕੋਈ 10 ਲੱਖ ਰੁਪਇਆ ਲੈ ਰਿਹਾ, ਕੋਈ 2 ਲੱਖ ਰੁਪਇਆ ਲੈ ਰਿਹਾ, ਕੋਈ 5 ਲੱਖ ਰੁਪਇਆ ਲੈ ਰਿਹਾ। ਮਤਲਬ ਕਿ ਇਹਨਾਂ ਦੇ ਇੱਕ ਕਮੇਟੀ ਇੱਦਾਂ ਦੀ ਹੋਣੀ ਚਾਹੀਦੀ, ਇਹਨਾਂ ਦੀ ਇੱਕ ਲਿਮਿਟ ਹੋਵੇ ਕਿੰਨੀ ਇਹ ਫੀਸ ਲੈਣੇ, ਕੀ ਇਹ ਇਲਾਜ ਕਰ ਰਹੇ ਨੇ। ਜਦੋਂ ਇਹਨੂੰ ਪਤਾ ਲੱਗ ਗਿਆ ਸੀਗਾ ਵੀ ਮਤਲਬ ਕਿ ਜੇ ਪਹਿਲੀ ਗੱਲ ਤਾਂ ਇਹ ਹੈ ਵੀ ਉਹਦੇ ਜਿਹੜੇ ਐਨਥੀਸੀਆ ਦਾ ਇੰਜੈਕਸ਼ਨ ਲੱਗਦਾ ਹੈਗਾ, ਇਹਨਾਂ ਦੀ ਗੱਲਬਾਈ ਉਹਨਾਂ ਦੀ ਸਹੀ ਹੈ ਵੀ ਉਹਨੂੰ ਪੁੱਛ ਕੇ ਲੱਗਣਾ ਚਾਹੀਦਾ ਵੀ ਤੇਰੇ ਭਾਈ ਐਨਥੀਸੀਆ ਦਾ ਇੰਜੈਕਸ਼ਨ ਲੱਗੂਗਾ, ਤੂੰ ਬਰਦਾਸ਼ਤ ਕਰ ਸਕਦਾ ਕਿ ਨਹੀਂ ਕਰ ਸਕਦਾ ਜਾਂ ਤੇਰਾ ਆਪਰੇਸ਼ਨ ਹੋਣਾਗਾ। ਇਹ ਸਾਰੀਆਂ ਜੋ ਕੰਪਲੀਕੇਸ਼ਨ ਨੇ ਇਹਨਾਂ ਦੀਆਂ ਅਣਗਹਿਲੀਆਂ ਨਾਲ ਹੁੰਦੀਆਂ ਨੇ, ਬਾਅਦ 'ਚੋਂ ਇੱਕਦਮ ਭੱਜ ਲੈਂਦੇ ਨੇ ਲੈ ਕੇ ਹੁਣ ਉੱਥੇ ਨਾਲ ਵੀ ਚਲੇ ਗਏ। ਮਤਲਬ ਕਿ ਸਾਰੇ ਜਾਂਚ ਦਾ ਵਿਸ਼ਾ ਬਹੁਤ ਵੱਡੇ ਲੈਵਲ 'ਤੇ ਜਾਂਚ ਹੋਣੀ ਚਾਹੀਦੀ ਹੈ। ਅਸੀਂ ਸਾਰੇ ਪ੍ਰਸ਼ਾਸਨ ਤੋਂ ਜਾਂ ਸਿਵਲ ਪ੍ਰਸ਼ਾਸਨ ਤੋਂ ਜਾਂ ਜੋ ਇਹਦਾ CMO ਨੇ ਜੋ ਹੋਰ ਨੇ ਇਹਨਾਂ ਨੂੰ ਲਿਖ ਕੇ ਵੀ ਇਹਨਾਂ ਦੇ ਪਰਿਵਾਰ ਨਾਲ ਸਹਿਮਤੀ ਲੈ ਕੇ DC ਸਾਹਿਬ ਨੂੰ ਮਿਲਾਂਗੇ। ਇਹਦੀ ਜਾਂਚ ਦਾ ਵਿਸ਼ਾ ਜਾਂਚ ਹੋਣੀ ਚਾਹੀਦੀ ਹੈ, ਇਹਨਾਂ ਪਰਿਵਾਰ ਨੂੰ ਸਾਰੇ ਨੂੰ ਇਨਸਾਫ ਮਿਲਣਾ ਚਾਹੀਦਾ।